वाहिगुरु जी का खालसा, वाहिगुरु जी की फतेह। हुण जी मॉर्निंग दा टाइम आ ते रात दा मीं थोड़ा जिहा पिया सी, उहदे नाल वेड़ा बहुत गंदा हो गया सी ते हुण आपां वेड़ा धोण लगे हैं। क्योंकि गिला हुंदा ना वेड़ा, फिर वह सुंबर भी नहीं हुंदा। फिर आपां सोचिया उहदे नाल पानी छिड़ दिंदे आ। पहला आपां अद्धा धो के हट गए सी कि अद्धा ही बहुत आ, जिते कि ज़्यादा मिट्टी सी, गड्डी गुड्डी फिरी सी। फिर आपां सोचिया चलो सारा ही धो छिड़दे आ। तो यह पानी अपना वेस्ट नहीं जाता, झोने च ही जाता है। ਇੱਥੋਂ ਵੀ ਧੋ ਦੇਵਾਂ ਜਿੰਦਰ। ਅਤੇ ਲਓ ਜੀ ਵਿਹੜਾ ਆਪਣਾ ਧੋ ਹੋ ਗਿਆ, ਬਿਲਕੁਲ ਸਾਫ਼ ਹੋ ਗਿਆ। ਅਤੇ ਹੁਣ ਨਾ ਆਪਾਂ ਗੁਰਦੁਆਰਾ ਸਾਹਿਬ ਨੂੰ ਚੱਲਦੇ ਹਾਂ, ਤੁਹਾਨੂੰ ਆਪਾਂ ਨਾਲੇ ਆਪਣਾ ਸ਼ਹਿਰ ਦਿਖਾਵਾਂਗੇ। ਅਤੇ ਹੁਣ ਆਪਾਂ ਆ ਗਏ ਹਾਂ ਆਪਣੇ ਸ਼ਹਿਰ ਦੇ ਵਿੱਚ। ਅਤੇ ਇਹ ਸ਼ਹਿਰ ਪੈਂਦਾ ਜੀ ਆਪਾਂ ਨੂੰ ਮਾਲਪੁਰ। ਇਹ ਗਾਹਾਂ ਸੜਕ ਚੱਲ ਜਾਂਦੀ ਜੇਜੋ ਨੂੰ ਅਤੇ ਇੱਥੋਂ ਗੇਟ ਤੋਂ ਆਪਾਂ ਐਂ ਨੂੰ ਮੁੜ ਗਏ ਹਾਂ। ਇੱਥੇ ਨਾ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਆ। ਅੱਜ ਮੰਗਲਵਾਰ ਆ ਅਤੇ ਇੱਥੇ ਹਰੇਕ ਮੰਗਲਵਾਰ ਨਾ ਭਾਰੀ ਗਿਣਤੀ ਵਿੱਚ ਲੋਕ ਆਉਂਦੇ ਆ, ਬਹੁਤ ਦੁਨੀਆ ਹੁੰਦੀ ਹੈ ਇੱਥੇ, ਹਰੇਕ ਮੰਗਲਵਾਰ ਲੱਗਦਾ ਹੈ। ਦੂਰੋਂ ਦੂਰੋਂ ਲੋਕ ਮੱਥਾ ਟੇਕਣ ਆਉਂਦੇ ਆ।
ਕਈ ਲੋਕ ਤਾਂ ਹਰੇਕ ਮੰਗਲਵਾਰ ਆਉਂਦੇ, ਸਾਤੇ ਤਾਂ ਹਰੇਕ ਮੰਗਲਵਾਰ ਨਹੀਂ ਜਾ ਹੁੰਦਾ। ਐਵੇਂ ਕਾਹਤੀ ਝੂਠ ਕਹੀਏ ਅਸੀਂ ਹਰੇਕ ਮੰਗਲਵਾਰ ਆਉਂਦੇ ਹਾਂ। ਦੇਖੋ ਕਿੰਨੀਆਂ ਦੁਕਾਨਾਂ ਦੁਕਾਨਾਂ ਲੱਗੀਆਂ ਹੈ, ਆ ਸਾਰੇ ਲੋਕ ਗੁਰਦੁਆਰਾ ਸਾਹਿਬ ਤੋਂ ਆ ਰਹੇ ਆ, ਕੋਈ ਜਾ ਰਹੇ ਆ। ਇੱਧਰ ਪਾਰਕਿੰਗ ਆ, ਹੁਣ ਆਪਾਂ ਗੱਡੀ ਨੂੰ ਲਾਵਾਂਗੇ ਪਾਰਕਿੰਗ 'ਚ। ਅਤੇ ਫਿਰ ਆਪਾਂ ਮੱਥਾ ਟੇਕਾਂਗੇ, ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਦੇ। ਇਹ ਨਾ ਹੁਣ ਗਰਮੀ ਕਰਕੇ ਥੋੜ੍ਹਾ ਜਿਹਾ ਰਸ਼ ਘਟਿਆ ਆ, ਨਹੀਂ ਪਹਿਲਾਂ ਉੱਦਾਂ ਤਾਂ ਬਹੁਤ ਲੋਕ ਹੁੰਦੇ ਹਰ ਵਾਰ। ਅਤੇ ਲਓ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਆ ਗਏ ਹਾਂ, ਅਤੇ ਚਲੋ ਜੀ ਹੁਣ ਆਪਾਂ ਅੰਦਰ ਚੱਲਦੇ ਹਾਂ। ਪਹਿਲਾਂ ਆਪਾਂ ਪ੍ਰਸ਼ਾਦ ਕਰਾ ਲਈਏ। Yeah.
ਅਤੇ ਲਓ ਜੀ ਹੁਣ ਆਪਾਂ ਘਰ ਆ ਗਏ ਹਾਂ। ਘਰ ਆ ਕੇ ਆਪਾਂ ਲੱਗੇ ਹਾਂ ਬਰਫੀ ਬਣਾਉਣ। ਅੱਜ ਨਾ ਆਪਾਂ ਮੈਦੇ ਦੀ ਬਰਫੀ ਬਣਾਵਾਂਗੇ। ਇਹ ਆਪਾਂ ਥੋੜ੍ਹੀ ਜਿਹਾ ਪਾਣੀ ਰੱਖਿਆ ਚਾਸ਼ਣੀ ਬਣਾਉਣ ਲਈ, ਇਹਦੇ ਵਿੱਚ ਆਪਾਂ ਖੰਡ ਪਾ ਦਾਂਗੇ। ਜਦ ਤੱਕ ਆਪਣਾ ਮੈਦਾ ਭੁੱਜੂਗਾ ਤਦ ਤੱਕ ਆਪਣੀ ਚਾਸ਼ਣੀ ਬਣ ਜਾਓ। ਇਹ ਚਾਸ਼ਣੀ ਨਾ ਆਪਾਂ ਕੋਈ ਤਾਰ ਵਾਲੀ ਨਹੀਂ ਬਣਾਉਣੀ, ਬਸ ਸਿਰਫ ਆਪਾਂ ਥੋੜ੍ਹਾ ਜਿਹਾ ਖੰਡ ਨੂੰ ਪਾਣੀ 'ਚ ਪਾ ਕੇ ਉਬਾਲਾ ਹੀ ਦੇਣਾ ਹੈ। ਥੋੜ੍ਹੀ ਜਿਹੀ ਵਿੱਚ ਮੈਂ ਇਲਾਇਚੀ ਪਾਈ ਆ। ਆਪਾਂ ਦੇਸੀ ਘਿਓ ਪਾਵਾਂਗੇ। ਇਹਨੂੰ ਨਾ ਲੋਅ ਫਲੇਮ 'ਤੇ ਇੱਦਾਂ ਹੌਲੀ ਹੌਲੀ ਕਰਕੇ ਆਪਾਂ ਭੁੰਨਣਾ ਹੈ। ਥੋੜ੍ਹਾ ਜਿਹਾ ਪਹਿਲਾਂ ਆਪਾਂ ਘੇ ਤੋਂ ਬਗੈਰ ਵੀ ਭੁੰਨ ਲਿਆ ਸੀ, ਤਾਂ ਥੋੜ੍ਹਾ ਜਿਹਾ ਹੁਣ ਆਪਾਂ ਇੱਦਾਂ ਘੇ ਪਾ ਕੇ ਇਹਨੂੰ ਭੁੰਨ ਲਵਾਂਗੇ। ਦੇਖੋ ਇਹਦਾ ਕਲਰ ਚੇਂਜ ਹੋ ਗਿਆ। ਇਹਦੇ ਵਿੱਚ ਨਾ ਆਪਾਂ ਬਹੁਤਾ ਜ਼ਿਆਦਾ ਘੇ ਨਹੀਂ ਪਾਇਆ, ਇਹ ਥੋੜ੍ਹੇ ਘੇ 'ਚ ਹੀ ਬਣ ਜਾਂਦੀ ਹੈ। ਇਹ ਨਾ ਬਰਫੀ ਬਹੁਤ ਟੇਸਟੀ ਬਣਦੀ ਹੈ, ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ। ਅਤੇ ਲਓ ਜੀ ਇਹ ਮੈਦਾ ਆਪਣਾ ਭੁੱਜ ਗਿਆ। ਹੁਣ ਆਪਾਂ ਇਹਦੇ ਵਿੱਚ ਉਹ ਵਾਲੀ ਚਾਸ਼ਣੀ ਪਾ ਦਿੱਤੀ ਜਿਹੜੀ ਆਪਾਂ ਪਹਿਲਾਂ ਬਣਾ ਕੇ ਰੱਖੀ ਸੀ, ਅਤੇ ਬਸ ਹੁਣ ਆਪਾਂ ਇੱਕ ਢੱਕਣ ਦੇ ਉੱਪਰ ਘੇ ਲਗਾ ਲਾਂਗੇ। ਪਲੇਟ ਦੇ ਉੱਪਰ ਘੇ ਲਾ ਲਿਆ ਮੈਂ, ਉੱਪਰ ਇਹਦੇ ਆਪਾਂ ਪਿਸਤਾ ਪਾ ਦਿੱਤਾ, ਅਤੇ ਉੱਪਰ ਇਹਦੇ ਆਪਾਂ ਹੁਣ ਇਹ ਜਿਹੜਾ ਆਪਾਂ ਬਣਾਇਆ ਬਰਫੀ ਦਾ ਉਹ ਆਪਾਂ ਇਹਦੇ ਉੱਪਰ ਪਾ ਦਾਂਗੇ। ਇੱਦਾਂ ਇਹਨੂੰ ਸੈੱਟ ਕਰ ਦਾਂਗੇ ਕਿਉਂਕਿ ਆਪਾਂ ਇਹਦੇ ਪੀਸ ਕੱਟਣੇ ਆ, ਇਸ ਲਈ ਇਹਨੂੰ ਚੰਗੀ ਤਰ੍ਹਾਂ ਇੱਦਾਂ ਆਪਾਂ ਸੈੱਟ ਕਰ ਦੂੰਗੇ ਕੌਲੀ ਦੇ ਨਾਲ। ਜਦੋਂ ਇਹ ਠੰਡਾ ਹੋ ਜਾਊਗਾ ਨਾ ਫਿਰ ਆਪਾਂ ਇਹਦੇ ਪੀਸ ਕੱਟਾਂਗੇ। ਅਤੇ ਚਲੋ ਜੀ ਹੁਣ ਆਪਾਂ ਪੀਸ ਵੀ ਕੱਟ ਲਈਏ ਬਰਫੀ ਦੇ। ਚਲੋ ਜੀ ਆਪਾਂ ਬਰਫੀ ਦੇ ਪੀਸ ਕੱਟ ਲਏ ਆ, ਬਰਫੀ ਬਣ ਕੇ ਤਿਆਰ ਆ। ਤੁਸੀਂ ਵੀ ਇਸ ਤਰ੍ਹਾਂ ਬਰਫੀ ਨੂੰ ਬਣਾਓ, ਖਾਓ ਅਤੇ ਇੰਜੋਏ ਕਰੋ। ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਕੱਲ੍ਹ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।